ਪਰਮਸਕਾਰ ਯੋਗ ਦੋਸਤੋ ਮੈਂ ਜਗਰੂਪਰਾਣ ਐਮਐਲਏ ਸ਼ਰੀਫ ਫਲੀਟਵੁੱਡ ਅਰਜ਼ ਕਰ ਰਿਹਾ ਹਾਂ ਬੀਸੀ ਸਰਕਾਰ ਵੱਲੋਂ ਹਰ ਰੋਜ਼ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੇ ਲਈ ਜੋ ਕੰਮ ਕੀਤੇ ਜਾ ਰਹੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅੱਜ ਦੇ ਅਪਡੇਟ ਇਸ ਇਸ ਪ੍ਰਕਾਰ ਹਨ ਨੰਬਰ 1 এনवायरमेंट ਤੇ ਕਲਾਈਮੇਟ ਚੇਂਜ ਵੱਲੋਂ ਕਈ ਲੜੀਵਾਰ ਆਉਣ ਵਾਲੇ ਨਵੇਂ ਤੂਫਾਨ ਦਾ ਫੋਰਕਾਸਟ ਕੀਤਾ ਗਿਆ ਯਾਨੀ ਅਨੁਮਾਨ ਲਾਇਆ ਗਿਆ ਆਉਣ ਵਾਲੇ ਹਫਤੇ ਦੇ ਵਿੱਚ ਬਹੁਤ ਭਾਰੇ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਲਈ ਇਸ ਵਾਸਤੇ ਤਿਆਰ ਰਹਿਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਘਰ ਆਪਣੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਦੇ ਆਲੇ-ਦੁਆਲੇ ਜੋ ਵੀ ਤੁਸੀਂ ਕੰਮ ਕਰ ਸਕਦੇ ਹੋ ਤੂਫਾਨ ਤੋਂ ਬਚਾਉਣ ਦੇ ਲਈ ਉਹਨੂੰ ਜ਼ਰੂਰ ਕੀਤਾ ਜਾਵੇ ਔਰ ਇਹਨਾਂ ਦਿਨਾਂ ਦੇ ਵਿੱਚ ਇਹ ਵੀ ਬੇਨਤੀ ਕਰਦੇ ਹਾਂ ਕਿ ਕੋਈ ਟ੍ਰੈਵਲ ਜਿਹੜੀ ਬਗੈਰ ਵਜਾ ਉਹ ਨਾ ਕੀਤੀ ਜਾਵੇ ਔਰ ਗੈਸ ਜਿਹੜੀ ਖਰੀਦਣ ਦੇ ਲਈ ਜਿਹੜੇ ਨਵੇਂ ਰੂਲ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਔਰ ਸਿਰਫ ਉਹੀ ਚੀਜ਼ਾਂ ਖਰੀਦੀਆਂ ਜਾਣ ਜਿਹੜੀਆਂ ਦੀ ਤੁਹਾਨੂੰ ਬਹੁਤ ਜ਼ਰੂਰਤ ਹੈ ਨੰਬਰ 2 ਹਾਈਵੇ 7 ਉੱਤੇ ਮਿਸ਼ਨ ਅਤੇ ਐਗ ਸੀਰੀਜ਼ ਦੇ ਵਿੱਚ ਦਰਮਿਆਨ ਸਿਰਫ ਜ਼ਰੂਰੀ ਐਸੈਂਸ਼ੀਅਲ ਟ੍ਰੈਵਲ ਹੋ ਸਕਦੀ ਹੈ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਕੋਈ ਟ੍ਰੈਵਲ ਨਾ ਕੀਤੀ ਜਾਵੇ ਨੰਬਰ 3 ਯੂਐਸਓ ਯੂਐਸਏ ਵੱਲੋਂ ਵਿਅਕਤੀ ਤੌਰ ਦੇ ਉੱਤੇ ਸਾਡੇ ਟ੍ਰੱਕਰਜ਼ ਨੂੰ ਜਿਹੜੀ ਯੂਐਸ ਵਿੱਚ ਦਾਖਲ ਹੋਣ ਦੇ ਲਈ ਜਿਹੜੀਆਂ ਸ਼ਰਤਾਂ ਨੇ ਉਹਨਾਂ ਦੇ ਵਿੱਚ ਇੱਕ ਵਾਰੀ ਫੇਰ ਹੋਰ ਤੇ ਜਿਹੜੀ ਢਿੱਲ ਆ ਉਹ ਦਿੱਤੀ ਗਈ ਹੈ ਤਾਂਕਿ ਜਿਹੜੀਆਂ ਖਾਣ-ਪੀਣ ਦੀਆਂ ਵਸਤਾਂ ਨੇ ਜਾਂ ਉਸ ਤੋਂ ਇਲਾਵਾ ਹੋਰ ਚੀਜ਼ਾਂ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਲਿਆਂਦਾ ਜਾ ਸਕੇ ਨੰਬਰ 5 ਸਾਡੀ ਫੂਡ ਸਪਲਾਈ ਚੇਨ ਜਿਹੜੀ ਹੈਗੀ ਆ ਉਹ ਬਹੁਤ ਮਜ਼ਬੂਤ ਤੇ ਸਟੇਬਲ ਹੈ ਇਸ ਵੇਲੇ BC ਦੀ ਜਿਹੜੀ ਡੇਰੀ ਇੰਡਸਟਰੀ ਹੈਗੀ ਆ ਉਹਦੀ ਜਿਹੜੀ ਸਪਲਾਈ ਨਾਰਮਲ ਦੇ ਕਰੀਬ 80% ਦੇ ਕਰੀਬ ਪਹੁੰਚ ਚੁੱਕੀ ਹੈ ਸਾਡੀ ਸਪਲਾਈ ਚੇਨ ਦੇ ਲਈ ਇੱਕ ਹੋਰ ਖੁਸ਼ਖਬਰੀ ਹੈ ਅ ਪਿਛਲੀ ਰਾਤ ਸੀਪੀਆਲ ਨੇ ਸਾਨੂੰ ਜਿਹੜੇ ਅਪਡੇਟ ਦਿੱਤੇ ਨੇ ਉਹਨਾਂ ਦੇ ਅਪਡੇਟ ਦਿੱਤੇ ਨੇ ਉਹਨਾਂ ਦੇ ਮਤਾਬ ਜਿਹੜਾ ਉਹਨਾਂ ਦਾ ਆਪਰੇਸ਼ਨ ਆ ਉਹ ਦੁਆਰਾ ਸ਼ੁਰੂ ਉਹ ਹੋ ਚੁੱਕਿਆ ਨੰਬਰ 7 ਬੀਸੀ ਸਰਕਾਰ ਨੇ ਇਹਦੇ ਵੱਲੋਂ ਇੱਕ ਹੈਲਪਲਾਈਨ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਜਿੱਥੇ ਤੁਸੀਂ ਹੜ੍ਹਾਂ ਨਾਲ ਸੰਬੰਧਿਤ ਕਿਸੇ ਵੀ ਮਸਲੇ ਦੇ ਉੱਤੇ ਗੱਲਬਾਤ ਜਿਹੜੀ ਕਾਲ ਕਰਕੇ ਉਹ ਕਰ ਸਕਦੇ ਹੋ ਇਹਦਾ ਜਿਹੜਾ ਫੋਨ ਨੰਬਰ ਹੈਗਾ 187 376 25 2 ਸੋਰੀ 2452 1833 376 2452 ਅੰਤ ਵਿੱਚ ਮੈਂ ਭਾਰਤੀ ਭਾਈਚਾਰੇ ਦਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਸਾਡੇ ਗੁਰੂ ਘਰਾਂ ਦਾ ਕਮਿਊਨਿਟੀ ਆਰਗੇਨਾਈਜੇਸ਼ਨ ਦਾ ਜੋ ਜਿਹੜੀਆਂ ਬਿਜ਼ਨਸ ਆਰਗੇਨਾਈਜੇਸ਼ਨ ਦਾ ਅਤੇ ਉਹ ਸਾਰੇ ਲੋਕਾਂ ਦਾ ਜਿਹੜੇ ਆਪਣੇ ਘਰਾਂ ਛੱਡ ਕੇ ਜਿਹੜੇ ਹੜ੍ਹਾਂ ਨਾਲ ਪੀੜਤ ਲੋਕ ਨੇ ਉਹਨਾਂ ਦੀ ਮਦਦ ਦੇ ਲਈ ਬਾਹਰ ਆਏ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਇਹਦੇ ਨਾਲ ਹੀ ਜਿਹੜੀ ਅੱਜ ਦੀ ਸੋਚਨਾ ਹੈ ਉਹ ਇੱਥੇ ਹੀ ਸਮਾਪਤ ਹੁੰਦੀ ਹੈ ਬਹੁਤ ਮਿਹਰਬਾਨੀ